ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਮੈਂ ਜਾ ਰਿਹਾ ਨਿਊਯਾਰਕ ਨਿਊਯਾਰਕ ਡਿਲੀਵਰ ਕਰਕੇ ਵਾਟਰ ਟਾਊਨ ਦੇ ਵਿੱਚ ਡਿਲੀਵਰ ਕਰਨਾ ਅਤੇ ਫਿਰ ਮੈਂ ਪਿਕਅਪ ਕਰਨੀ ਆ ਵਾਟਕਿੰਸ ਤੋਂ ਅਤੇ ਜਿੱਥੋਂ ਮੈਂ ਪਿਕਅਪ ਕਰਨੀ ਆ ਉਹ ਬੜੀ ਇੰਟਰਸਟਿੰਗ ਜਗ੍ਹਾ ਵਾ ਉਹ ਆਪਾਂ ਨੂੰ ਲੇਕ ਦੇ ਪੂਰੇ ਕੰਢੇ ਦੇ ਉੱਤੇ ਆਪਾਂ ਜਾਣਾ ਉੱਥੇ ਸਾਲਟ ਦਾ ਲੋਡ ਚੱਕਣਾ ਲੂਣ ਦਾ ਅਤੇ ਬਹੁਤ ਵਧੀਆ ਇੰਟਰਸਟਿਡ ਜਗ੍ਹਾ ਉਹ ਮੈਂ ਮੈਪ 'ਤੇ ਚੈੱਕ ਕਰਿਆ ਸੀਗਾ ਉਹਨਾਂ ਦੇ ਵਿਊ ਦੇਖੇ ਸੀਗੇ ਉਹ ਬੜੇ ਘੈਂਟ ਵਿਊ ਸੀਗੇ ਮਤਲਬ ਕਿ ਪੂਰਾ ਕੰਢੇ 'ਤੇ ਆ ਲੇਕ ਦੇ ਅਤੇ ਉੱਥੇ ਹੀ ਡੋਕਾਂ ਵਾ ਅਤੇ ਬਾਕੀ ਸਾਰਾ ਪਾਣੀ ਪਾਣੀ ਆ ਲੇਕ ਦੇ ਮਤਲਬ ਕਿ ਦੂਸਰੀ ਸਾਈਡ 'ਤੇ ਇੱਕ ਸਾਈਡ 'ਤੇ ਰੋਡ ਆ ਹੈ ਨਾ ਦੂਸਰੀ ਸਾਈਡ 'ਤੇ ਸਾਰਾ ਪਾਣੀ ਪਾਣੀ ਆ ਪੂਰਾ ਕੰਢੇ 'ਤੇ ਜਾ ਕੇ ਆਪਾਂ ਉੱਥੋਂ ਲੋਡ ਚੱਕ ਕੇ ਲੈਣਾ ਉੱਥੇ ਵੇਅਰ ਹਾਊਸ ਆ ਕੋਈ ਮੈਨੂੰ ਲੱਗਦਾ ਛੋਟਾ ਜਿਹਾ ਦੋ ਤਿੰਨ ਕੁ ਡੋਕਾਂ ਹੋਣੀਆਂ ਉਹਨਾਂ ਦੀਆਂ ਬਾਕੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਵਲੋਗ ਦੇ ਵਿੱਚ ਸਾਰੇ ਦੇ ਅਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦੀ ਆ ਅਤੇ ਐਂਡ ਤੱਕ ਜ਼ਰੂਰ ਬਣੇ ਰਹਿਣਾ ਬੜਾ ਇੰਟਰਸਟਿੰਗ ਵਲੋਗ ਹੋਣ ਵਾਲਾ ਇਹ ਵਾਲਾ ਅਤੇ ਤੁਹਾਨੂੰ ਲੋਕੇਸ਼ਨ ਦਿਖਾਊਂਗਾ ਮੈਂ US ਦੀ ਜਿਹੜੀ ਵੈਟਕਿੰਸ ਗਲੈਨ ਜਗ੍ਹਾ ਦਾ ਨਾਮ ਆ ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ ਵੈਟਕਿੰਸ ਗਲੈਨ ਨਿਊਯਾਰਕ ਸਾਲਟ ਸਾਲਟ ਕਰਕੇ ਕੋਈ ਹੈਗੀ ਆ ਉੱਥੋਂ ਦੀ US ਸਾਲਟ ਹਾਂ US ਸਾਲਟ ਕੰਪਨੀ ਆ ਅਤੇ ਉੱਥੇ ਜਾਣਾ ਉੱਥੋਂ ਲੋਡ ਚੱਕੂੰਗਾ ਮੈਂ ਅੱਜ ਮੈਂ ਰਾਤ ਨੂੰ ਮਤਲਬ ਕਿ ਬਸ ਥੋੜ੍ਹੇ ਟਾਈਮ ਤੱਕ ਮੈਂ ਸ਼ੁਰੂ ਕਰ ਦੇਣਾ ਰਾਤ ਨੂੰ ਪਹੁੰਚ ਜਾਣਾ ਮੈਂ ਡਿਲੀਵਰ ਕਰਨਾ ਸਵੇਰੇ ਅਰਲੀ ਮਾਰਨਿੰਗ 5:30-6 ਵਜੇ ਨਾ 5:30-6 ਵਜੇ ਡਿਲੀਵਰ ਕਰਕੇ ਫਿਰ ਬੁੱਕ ਦੀ ਵੇਟ ਕਰਨੀ ਆ ਕਦੋਂ ਰੀਸੈਟ ਹੁੰਦੀ ਹੈ ਮੇਰੀ 10 ਘੰਟੇ ਦੀ ਸਲੀਪ ਕਦੋਂ ਪੂਰੀ ਹੁੰਦੀ ਆ 10 ਘੰਟੇ ਸਲੀਪ ਕਰਕੇ ਫਿਰ ਮੈਂ ਪਿਕਅਪ ਕਰਨ ਜਾਊਂਗਾ ਸੋ ਬਣੇ ਰਹੋ ਇਸ ਵਲੋਗ ਦੇ ਨਾਲ ਹੁਣ ਪਹਿਲਾਂ ਵਾਲਮਾਰਟ ਜਾਣਾ ਪਾਣੀ ਦੇ ਕੇਸ ਚੱਕਣੇ ਆ ਪਾਣੀ ਖਤਮ ਹੋਇਆ ਪਿਆ ਸੀ ਪਾਣੀ ਦੇ ਕੇਸ ਚੱਕ ਕੇ ਅਤੇ ਫਿਰ ਟਰੱਕ 'ਚ ਜਾਵਾਂਗੇ ਟਰੱਕ ਤੋਰਾਂਗੇ ਤਾਂ ਆਪਾਂ ਰੱਖ ਲਿਆ ਹੁਣ ਵਿੱਚ ਬਹਿ ਕੇ ਸਮਾਨ ਹੁਣ ਟਰੱਕ ਦੇ ਵਿੱਚ ਟਿਕਾਉਣਾ ਪੈਣਾ ਕਿੱਥੇ ਕਿੱਥੇ ਰੱਖਣਾ ਫਿਰ ਟਰੱਕ ਨੂੰ ਹੁੱਕ ਕਰਾਂਗੇ ਹੁੱਕ ਕਰਕੇ ਅਤੇ ਫਿਰ ਇੱਥੋਂ ਤੁਰ ਪੈਣਾ ਆਪਾਂ ਛੇਤੀ ਤੋਂ ਛੇਤੀ ਬਾਰਡਰ ਆਪਣਾ ਕਲੀਅਰ ਆ ਬਸ ਪ੍ਰਿੰਟ ਆਊਟ ਕਢਾਉਣਾ ਪੰਪ ਤੋਂ ਜਾ ਕੇ ਕਢਾਉਂਦੇ ਹਾਂ ਪ੍ਰਿੰਟ ਆਊਟ ਬਾਕੀ ਇੱਥੇ ਟਾਇਰ ਟੂਰ ਚੈੱਕ ਕਰ ਲੈਣੇ ਆਪਾਂ ਅਤੇ ਇੱਧਰੋਂ ਦੇਖ ਲੈਣੇ ਜੂ ਬੋਲਟ ਵਗੈਰਾ ਖਿਸਕੇ ਖੁਸਕੇ ਦੇਣੀ ਹੈਗੇ ਅਤੇ ਸਟੀਅਰਿੰਗ ਚੈੱਕ ਕਰ ਲੈਣਾ ਵਾ ਕਿ ਇਹਦੇ ਵਿੱਚ ਫ੍ਰੀ ਪਲੇ ਤਾਂ ਨਹੀਂ ਹੈਗੀ ਬਾਕੀ ਤਾਂ ਓਕੇ ਆ ਕੰਮ ਸਾਰਾ Lane fast, call it high speed. I've been working hard, yeah, I've been working nightly. If you think you'll win, ha, not likely. I be taking shots, yeah, cold-blooded, icy. Watching numbers grow is what I call sightseeing. In the front row, run it up when they hype me. The following grows, they know how to ignite me. Call me CEO, I've been running right, see. And I'm playing. Kalle ja rahe ho, ek truck dekhan deya. Baki de idhar ਇੱਧਰ ਸ਼ੀਸ਼ੇ 'ਚ ਵੀ ਨਹੀਂ ਦੇਖਣ ਡਿਆ ਪਿੱਛੇ ਕੋਈ ਟਰੱਕ ਆਉਂਦਾ ਕਿ ਨਹੀਂ ਆਉਂਦਾ ਅਤੇ ਤੁਹਾਨੂੰ ਦੱਸ ਦੇਣਾ ਚਾਹਾਂਗੀ ਜਾੜ ਦੇ ਵਿੱਚ ਆਪਾਂ 2 ਘੰਟੇ ਖਰਾਬ ਹੋਏ ਹਾਂ ਕਿਉਂਕਿ ਟ੍ਰੇਲਰ ਦੀਆਂ ਬ੍ਰੇਕਾਂ ਬ੍ਰੇਕ ਦੀ ਜਿਹੜੀ ਲਾਈਟ ਸੀਗੀ ਉਹ ਵਰਕ ਨਹੀਂ ਸੀ ਕਰਦੀ ਅਤੇ
ਮੈਨੂੰ ਪਤਾ ਸੀਗਾ ਜੇ ਮੈਂ ਰਾਤ ਨੂੰ ਡਰਾਈਵ ਕਰਿਆ ਤੇ ਜੇ ਕਿਤੇ ਪੁਲਿਸੀਏ ਨੇ ਦੇਖ ਲਿਆ ਕਿ ਬ੍ਰੇਕ ਲਾਈਟ ਕੰਮ ਨਹੀਂ ਕਰਦੀ ਤਾਂ ਉਹਨੇ ਟਿਕਟ ਦੇ ਦੇਣੀ। ਉਹਦੇ ਕਰਕੇ ਆਪਾਂ ਰਿਪੇਅਰ ਕਰਵਾਇਆ ਮਕੈਨਿਕ ਦੇ ਕੋਲੋਂ ਯਾਰਡ ਦੇ ਵਿੱਚੋਂ, ਤੇ ਆਪਣਾ ਚਲੋ ਟਾਈਮ ਤਾਂ ਜ਼ਰੂਰ ਲੱਗਾ ਬਟ ਆਪਾਂ ਬਚੇ ਹਾਂ ਟਿਕਟ ਤੋਂ। ਅਤੇ ਬਸ ਹੁਣ ਆਪਾਂ ਪਹੁੰਚਣ ਵਾਲੇ ਹਾਂ ਟਿਕਾਣੇ 'ਤੇ, ਅਤੇ ਸਿੱਧਾ ਲੋਕੇਸ਼ਨ 'ਤੇ ਜਾ ਕੇ ਹੀ ਸੌਣਾ, ਪੰਪ 'ਤੇ ਨਹੀਂ ਸੌਣਾ ਆਪਾਂ, ਜਿੱਥੇ ਡਿਲੀਵਰ ਕਰਨਾ ਲੋਡ ਆਪਾਂ, ਅਤੇ ਉਸ ਲੋਕੇਸ਼ਨ 'ਤੇ ਜਾ ਕੇ ਆਪਾਂ ਸਿੱਧਾ ਬੈਗ ਲਾ ਕੇ ਅਤੇ ਸੌ ਜਾਣਾ, ਪੰਪ 'ਤੇ ਨਹੀਂ ਸੌਣ ਦੀ ਲੋੜ। ਫਿਰ ਉੱਥੇ ਡਿਲੀਵਰ ਕਰਕੇ ਫਿਰ ਆਪਾਂ ਪਿਕਅਪ ਕਰਨ ਲਈ ਜਾਵਾਂਗੇ ਲੇਕ ਸ਼ੋਰ 'ਤੇ ਕਿਤੇ, ਉੱਥੇ ਵਾਟਕਿੰਸ ਗਲੈਨ ਨਾਮ ਦੀ ਜਗ੍ਹਾ ਵਾ ਕੋਈ ਨਿਊਯਾਰਕ ਦੇ ਵਿੱਚ, ਪਤਾ ਨਹੀਂ ਕਿੱਦਾਂ ਸਪੈਲ ਕਰੀ ਦੀ ਆ ਜਿੱਦਾਂ ਮੈਂ ਬੋਲਿਆ, ਸ਼ਾਇਦ ਉੱਦਾਂ ਹੀ ਹੋਵੇ। ਸੋ ਹੁਣ ਜਾ ਕੇ ਲੋਕੇਸ਼ਨ ਦੇਖਦੇ ਹਾਂ, ਉੱਥੇ ਰਸ਼ ਨਾ ਹੋਵੇ, ਮਤਲਬ ਕਿ ਪਹਿਲਾਂ ਨਾ ਆ ਕੇ ਕੋਈ ਸੁੱਤਾ ਹੋਵੇ, ਉੱਥੇ ਪਾਰਕਿੰਗਾਂ ਭਰੀਆਂ ਹੋਣ। ਲੈਟ ਸੀ, ਦੇਖਦੇ ਹਾਂ ਕੀ ਚੱਕਰ ਆ ਉੱਥੇ। ਆਹ ਪਤਾ ਨਹੀਂ ਕਿਹੜੇ ਜੰਗਲਾਂ ਜਿਹਾ ਜੇ ਇਹਨਾਂ ਨੇ ਆਪਣਾ ਵੇਅਰ ਹਾਊਸ ਬਣਾਇਆ। ਨਹੀਂ ਆ ਗਏ, ਜੰਗਲ 'ਤੇ ਨਹੀਂ ਵੈਸੇ, ਮੈਨੂੰ ਲੱਗ ਰਿਹਾ ਰਾਤ ਨੂੰ। ਸਟੋਪ ਸਾਈਨ ਸੀਗਾ ਇੱਥੇ, ਆਲਵੇਜ਼ ਸਟੋਪ, ਸਾਰੇ ਪਾਸੇ ਸਟੋਪ ਸਾਈਨ ਆ, ਸੋ ਰੁਕਣਾ ਹੀ ਪੈਣਾ ਆਪਾਂ ਨੂੰ। ਉਹ ਕੰਪਨੀ ਆ ਗਈ ਆ ਸਾਹਮਣੇ, ਅਤੇ ਮੈਨੂੰ ਲੱਗ ਰਿਹਾ ਕਿ ਉੱਥੇ ਟਰੱਕ ਲੱਗਾ। ਸੋ ਵੇਖੋ, ਬਾਕੀ ਮੇਰੀ ਆਵਾਜ਼ ਨੂੰ ਇਗਨੋਰ ਕਰਿਓ, ਸੁਸਤੀ ਦੇ ਵਿੱਚ ਦਲਿੱਦਰ ਪੂਰਾ ਪਿਆ ਵਾ, ਬਸ ਹੁਣ ਸੌਣ ਦੀ ਤਿਆਰੀ ਆਪਣੀ, ਇਸ ਕਰਕੇ ਹੁਣ ਆਵਾਜ਼ ਇੱਦਾਂ ਦੀ ਆਊਗੀ ਜਿੱਦਾਂ ਡਿੱਗਣੀ ਵਾਲੇ ਹਾਂ ਬਸ ਬੈੱਡ 'ਤੇ। ਹੁਣ ਜਾ ਕੇ ਆਪਾਂ ਕਿਹੜੀ ਗੁਫਾ ਜੀ ਜਾ ਕੇ ਬਣਾਇਆ ਇਹਨੂੰ, ਕੋਈ ਨਹੀਂ ਇੱਥੇ ਤੁਰਦਾ ਫਿਰਦਾ ਨਜ਼ਰ ਆਉਣ ਡਿਆ। ਗੱਡੀਆਂ ਤਾਂ ਲੱਗੀਆਂ ਇਹਨਾਂ ਦੀਆਂ, ਲੱਗਦਾ ਸ਼ਿਫਟਾਂ ਚੱਲਣ ਡੀਆਂ। ਸੋ ਰਿਸੀਵਿੰਗ ਹੈਗੀ ਆ ਜੀ ਲੈਫਟ ਸਾਈਡ 'ਤੇ, ਆਪਾਂ ਲੈਫਟ ਸਾਈਡ 'ਤੇ ਜਾ ਕੇ ਆਪਾਂ ਪਾਰਕ ਕਰਾਂਗੇ ਟਰੱਕ ਨੂੰ, ਉੱਧਰ ਕਰਦਾ ਜਾ ਕੇ ਮੇਰੇ ਖਿਆਲ ਨਾਲ। ਇੱਥੇ ਤਾਂ ਲਿਖਿਆ ਨੋ ਟਰੱਕ ਪਾਰਕਿੰਗ, ਸੋ ਫੇਰ ਕਹਿਣਾ ਜੀ ਪਾਰਕ, ਪਤਾ ਨਹੀਂ ਭਾਊ ਆ ਗਿਆ। ਲੋ ਵੀ ਆਪਾਂ ਨੂੰ ਟਰੱਕ ਲਾਉਣਾ ਪਿਆ ਵਾ ਰੋਡ ਦੇ ਉੱਤੇ। ਮੈਂ ਪਹਿਲਾਂ ਅੰਦਰ ਚਲਾ ਗਿਆ ਸੀ ਸਟੋਰ ਦੇ, ਅਤੇ ਉਹ ਮੈਨੂੰ ਕਹਿੰਦੇ ਕਿ ਅੰਦਰ ਪਾਰਕਿੰਗ ਨਹੀਂ ਅਲਾਊਡ ਹੈਗੀ, ਅਤੇ ਸਵੇਰੇ 5 ਵਜੇ ਉੱਠ ਕੇ ਤੇ ਆ ਜੀ, ਅਤੇ ਹੁਣ 2 ਵੱਜ ਗਿਆ ਪੂਰੇ, ਅਤੇ ਹੁਣ ਬਸ ਇੱਧਰ ਸਾਰਾ ਕੁਝ ਪਾਰਕਿੰਗ ਪੂਰਕਿੰਗ ਆ ਇਹਨਾਂ ਦੇ ਪੁੱਟੀਆਂ ਪਈਆਂ। ਮੈਨੂੰ ਆਈ ਆ ਨੀਂਦ ਬਹੁਤ ਜ਼ਿਆਦਾ, ਅਤੇ ਦੋਸਤੋ ਮੈਂ ਲੱਗਾ ਸੌਣ, ਅਤੇ ਆਪਾਂ ਕਰਦੇ ਹਾਂ ਸਵੇਰੇ ਗੱਲ, ਅਨਲੋਡ ਕਰਦੇ ਕਿੰਨਾ ਟਾਈਮ ਲਾਉਂਦੇ ਕੀ ਹਿਸਾਬ ਦਾ, ਬਸ ਸਵੇਰੇ ਡਿਟੇਲਾਂ ਦੱਸਦੇ ਹਾਂ ਬਾਕੀ ਸਾਰੀਆਂ। ਵਿਊ ਤਾਂ ਘੈਂਟ ਬਣਿਆ ਪਿਆ ਪੂਰਾ, ਵਿਊ ਵਾਲਾ ਤਾਂ ਸਿਰਾ ਲੱਗਾ ਪਿਆ, ਪਰ ਇਹ ਆ ਕਿ ਯਾਰਾਂ ਨੂੰ ਪਈ ਆ ਸੁਸਤੀ। ਉਹ ਸ਼ਿਪਿੰਗ ਰਿਸੀਵਿੰਗ, ਉਹ ਵੀ ਪੇਪਰ ਵਰਕ ਦਿਖਾਉਣਾ, ਫਿਰ ਇਹਨਾਂ ਡੌਕ ਦੇਣੀ ਆਪਾਂ ਨੂੰ। ਮੈਂ ਰਹਿਣਾ 3-4 ਘੰਟੇ ਲਾ ਜਾਣਾ ਆਰਾਮ ਨਾਲ, ਸੋਈਏ ਆਰਾਮ ਨਾਲ ਇੱਥੇ। ਅੱਜ ਆਪਣੇ ਕੋਲ ਆਹ ਯੰਤਰ ਹੈਗਾ, ਆਪਾਂ ਬਚ ਗਏ ਹਾਂ, ਨਹੀਂ ਤੇ ਇਹ ਕਹਿੰਦੇ ਸੀ ਕਿ 7 ਨੰਬਰ ਦੇ ਬੈਕ ਲਾ ਲਓ, ਅਤੇ ਪਤਾ ਨਹੀਂ ਇਹਨਾਂ ਨੇ ਸੀਲ ਕੱਟ ਰੱਖਿਆ ਸੀਗਾ ਕਿ ਨਹੀਂ ਰੱਖਿਆ ਸੀਗਾ, ਮੈਂ ਪੁੱਛਿਆ ਨਹੀਂ, ਪਰ ਇੱਥੇ ਕੋਈ ਬੰਦਾ ਤਾਂ ਫੜਕਣ ਨਹੀਂ ਡਿਆ ਇਹਨਾਂ ਦਾ, ਅਤੇ ਫਿਰ ਆਪਣਾ ਹਥਿਆਰ ਕੰਮ ਆ ਗਿਆ। ਲੱਗ ਪਏ ਅਨਲੋਡ ਬੜੀ ਛੇਤੀ ਕਰਨ, ਇੱਥੇ ਪਹਿਲਾਂ ਛੋਟਾ ਟਰੱਕ ਲੱਗਾ ਸੀ, ਛੋਟਾ ਹੱਥੀ ਉੱਪਰਾਂ ਗਿਆ, ਅਤੇ ਫਿਰ ਆਪਣੀ ਵਾਰੀ ਆਈ। ਹੁਣ ਮੈਨੂੰ ਅੰਦਰ ਲੰਪਰ ਫੀਸ ਪੇ ਕਰਨ ਜਾਣਾ ਪੈਣਾ, ਚੈੱਕ ਮੰਗਵਾਉਣਾ ਪੈਣਾ ਕੰਪਨੀ ਕੋਲੋਂ, ਪਤਾ ਨਹੀਂ ਕਿੰਨੇ ਡਾਲਰ ਮੰਗਵਾਉਂਦੇ ਆ, ਅਤੇ ਉਹ ਦੇਣੇ ਪੈਣਾ ਇਹਨਾਂ ਨੂੰ। ਚਲੋ ਉਹਦਾ ਕੋਡ ਆ ਜਾਣਾ, ਆਪਾਂ ਨੂੰ ਕੋਡ ਆ ਗਿਆ ਤਾਂ ਆਪਾਂ ਇੱਥੇ ਦੱਸ ਦੇਣਾ।
लो भी दोस्तों हो गए वेले, हूँ बस 2 घंटे मैं ला के साइड से सौंगा क्योंकि मेरी बुक नहीं अजे चलन दी, बुक मेरी लेट चलनी थोड़ी जी। तो सारा क्लीन आ ट्रेलर अंदरों, तो आप हूँ लौंग का लोड चकना वा, तो फिर उत्थे जाके वो लोकेशन के उत्थे जाके फिर तुहानू मैं व्यू दिखाउंदा वा किदां दा व्यू आ। ते वाल इस टाइम पूरे झक्कड़ जे बने पए आ, ते इत्थों हुण रोटी रूटी खा के ते फ्रैश हो के फिर मैं लोकेशन ते जाके फिर तुहानू व्यू दिखाउंदा। उत्थे व्यू वधिया ही होऊगा, मैनूं जिस तरह उम्मीद आ वधिया ही होऊगा व्यू। जिद्दां मैं ट्रक ला के सौणा वा उह हैगी राइट साइड ते जगह, ते हैगी रोड दे उत्ते आ। हुण मैनूं इदां करना पैणा वा कि परां नूं मूंह करके ला लैणा पैणा क्योंकि इत्थों बैग ते लै के नहीं जाणा हुण रोड दे उत्तों इन्ना टाइम पिछे। देखदा हाँ इतों उत्थे ट्रक ना लगा हो, नहीं ट्रक नहीं लगा, सीधा सीधा लै जाना बाद बैक करके फिर टर्न मार लाँगे। वैसे भी यार रोड ज्यादा बिजी नहीं है, रोड तो खाली आ, सामने ला लेना आप स्टॉप साइन के नाल। व्यू बड़ा घैंट बनया पाया इधर, से ग्रीनरी ग्रीनरी आ सारी, सोहना वैदर, सुनौनी ना पई किन्ने टाइम की। आप सीधा ला लेना ट्रक बाद बैक कर लाँगे, इतने कि ट्रैफिक चलता है ना भी, ए स्टॉप साइन भी हूँ आ, भावे स्टॉप साइन तो कोई हैगा नहीं इधरले पास, ही डुकना ही पैना। तो लो दोस्तों आप इतने ला लगे हैं ट्रक, सामने रोड क्लोज आ, व्यू तो बड़ा घेंट आ, व्यू तो सिरा लगा पाया, परले पास ट्रेन की पटरी आ, पर बंद हुई वह भी लगता नहीं, नहीं वो चलती है इतों, उदा ही उन्होंने क्रॉसिंग बनाई हुई है, तो बाकी चलती है मैं जितों तक लगता साफ सफाई पूरी है इतने, नहीं तो घर चढ़िया होना सी उत्ते। तो बाकी हूँ इतों मैं जाऊँगा हूँ पूरी अपनी स्लीप पूरी करके, स्लीप करके लो भी दोस्तों एक घाटा पै गया अपन कि अपनी वो पिकअप कैंसल हो गई जी वधिया व्यू वाली सी, तो हूँ आप 1000 आईलैंड वाला किंगस्टन वाला बॉर्डर क्रॉस करके तो मॉन्ट्रियल एरिए जाना वा। तो आप गेड़ा मार दें सवेरे सवेरे जो आप मूव करना ट्रक न टायर चैक कर लेने, तो अपनी 8 घंटे की स्लीप पूरी हुई सी, 8 घंटे 42 मिनट की, तो वो 40-42 मिनट मैन लोडिंग से ऑफ ड्यूटी के ला दते, तो 8 घंटे पूरे मेरी स्लीप दे। जो मैं कैनेडा एंटर होऊंगा मेरी कैनेडा के हिसाब पूरी बुक रीसैट हो गई होगी, मैं पूरे 13 घंटे मिल गए होगे। सो इन्ना क सोच के चलना पैदा, जे मैं इतने ही 10 घंटे वेस्ट कर देना मेरे कोई वर्थ नहीं सी, मेरे काम नहीं सी आने, 2 घंटे एवं फालतू जी वेस्ट हो जाने से मेरे। तो बाकी चलो हूँ एस कढ़ा ACI कढ़ा MT ट्रेलर की, तो फिर आप निकलना। वैसे जगह सोहनी सी, हरियाली हरियाली हुई पई आ, ये तो चलो हो गया हूँ मीह मूह पैने, सच स्नो पैनी घट गई है करके हो गया, नहीं तो पहला चटा चटा रहा हूँ इधर। तो बाकी रही गल फ्लोरिडा वाली साइड से मियामी वाली साइड से टैक्सस, वो बहुत गुड लगता, वो भावें तुम 12 महीने जाई जाओ तुम एरिया एको जिका ही लगेगा, बहुत सोहना लगता एरिया, हरियाली ही होंगी सारे पास हरिया भरिया हों। ट्रक स्टॉप तो ठीक है टिकाने के, जेडे टिकाने का है क्योंकि बार्डर तो पहला ही आता एक, होर कोई ट्रक स्टॉप नहीं आता, 48 नंबर एग्जिट आ हाईवे 41, तो ठीक आ ओके आ मेरे मेरे वर्गियों ओके आ जिन्होंने थोड़ा भी टाइम रुक गए ना। तो एस कढ़ाई जी करना मैं एस कढ़ा चले, ACI ही होंगी, कनेडा एंटर होंगे ACI, तो अमेरिका एंटर होंगे एस होंगी, कढ़ा तो लिया एस। तो हूँ मैं इन्ना नहीं पता कि मैं कला PR कार्ड शो करूँगा ये नाल, मैं पासपोर्ट भी शो करना पैना क्योंकि जो मैं आफ्टर PR पहली बार बॉर्डर क्रॉस किया उन्होंने को हिस्टरी नहीं सी हैगी मेरी, उन्होंने मेरे को फिर पासपोर्ट मंग लिया, तो हूँ मैं PR कार्ड दूंगा नाल, तो फिर देखते हैं की कहें फिर बाद क्रॉस कर लाँगे बॉर्डर क्योंकि MT आ, इन्होंने कुछ नहीं कहना, मैं सील लानी पैनी, मैं सील लाने लगा ट्रेलर के पिछे, तो सील ला के फिर ही जाऊँगा क्योंकि MT है ट्रेलर, तो सील लानी पैनी तभी मैनू। चलो देखते हैं बॉर्डर क्रॉस करके दसदा की सीन पाया बॉर्डर के उत्ते। इधरले पासे तो इधरले पासे दोनों साइडा ना छोटे छोटे आईलैंड बने हुए आ, तो यह बड़े वधिया लगते रहा, इस करके ना नाम बनाया गया वा, नाम पाया गया वा 1000 आईलैंड्स, 1000 आईलैंड वा, वह दूर तक जाते हैं, छोटे छोटे टापू जे बनाए हुए आ, वेखो इधर देख रहे हो निगा निगा टापू जे देख रहे हैं ना, ये बनाए हुए इन्होंने। तो इस ब्रिज का टोल है 18 डॉलर,
$18 समथिंग टोल लेंदे इस ब्रिज का। तो हुण मैं बॉर्डर क्रॉस करूंगा, बॉर्डर क्रॉस करके तुहानू दस दवां की सेवा की है बॉर्डर वाले ने। ਆਫਿਸਰ ਕਹਿੰਦਾ ਕਿ ਟਾਈਮ ਹੋ ਗਿਆ ਤੈਨੂੰ ਅਮਰੀਕਾ ਗਏ ਨੂੰ। ਮੈਂ ਕਿਹਾ ਮੈਂ ਕੱਲ ਦਾ ਗਿਆ ਬਸ। ਉਹਨੇ ਫਿਰ ਥੋੜਾ ਜਿਹਾ ਪੇਪਰ ਜਿਹਾ ਚੱਕ ਕੀਤਾ, ਸਟੈਂਪ ਲਾ ਕੇ ਤੋਰਤਾ। ਤੇ ਹੁਣ ਮੈਂ ਕੰਪਨੀ ਨੂੰ ਮੈਸੇਜ ਕੀਤਾ ਕਿ ਮੈਂ ਬਾਰਡਰ ਕ੍ਰੋਸ ਕਰ ਲਿਆ, ਏ ਸੀ ਆਈ ਭੇਜ ਦਿੱਤੀ ਤੁਹਾਨੂੰ, ਅਤੇ ਮੈਨੂੰ ਮੈਂ ਮੋਂਟਰੀਅਲ ਨੂੰ ਜਾ ਰਿਹਾ। ਅਤੇ ਉਹਨਾਂ ਦਾ ਅੱਗੇ ਰਿਪਲਾਈ ਵੀ ਆ ਗਿਆ ਸੀ ਟਾਈਮਲੀ, ਤੁਹਾਨੂੰ ਐਡਰੈਸ ਭੇਜ ਰਹੇ ਹਾਂ ਅਸੀਂ ਜਿੱਥੋਂ ਪਿਕਅਪ ਕਰਨੀ ਆ। ਸੋ ਇਟਸ ਗੁੱਡ, ਵਧੀਆ, ਇੱਦਾਂ ਚਾਹੀਦਾ, ਇੱਦਾਂ ਕੰਮ ਚਾਹੀਦਾ ਯਾਰ ਡਰਾਈਵਰ ਨੂੰ। ਕਿ ਕੱਲ੍ਹ ਵੈਸੇ ਮੈਨੂੰ ਆ ਗਈ ਸੀ ਪਿਕਅਪ, ਅਤੇ ਬਟ ਉਹ ਸਵੇਰੇ ਪਤਾ ਨਹੀਂ ਕੀ ਚੱਕਰ ਪਿਆ, ਮੈਨੂੰ ਨਹੀਂ ਪਤਾ ਕੀ ਰੀਜ਼ਨ ਸੀਗਾ ਕਿ ਉਹ ਇਹਨਾਂ ਨੂੰ ਉਹ ਪਿਕਅਪ ਕੈਂਸਲ ਕਰਨੀ ਪਈ। ਕੋਈ ਇਸ਼ੂ ਹੋਊਗਾ, ਕੋਈ ਲੋਡ ਦੇ ਵਿੱਚ ਲੋਡ ਨਹੀਂ ਰੈਡੀ ਹੋਊਗਾ, ਜਾਂ ਪ੍ਰਾਈਜ਼ ਦਾ ਕੋਈ ਚੱਕਰ ਹੋਊਗਾ, ਕੁਝ ਹੋ ਸਕਦਾ ਇਸ਼ੂ ਇੱਦਾਂ ਦਾ। ਅਤੇ ਚਲੋ ਕੋਈ ਨਾ, ਆਪਾਂ ਨੂੰ ਪਿਕਅਪ ਆ ਚੱਲੀ ਆ, ਆਪਾਂ ਪਿੱਕ ਕਰਕੇ ਇੰਨਾ ਵਾ ਕਿ ਰੱਬ ਅੱਗੇ ਅਰਦਾਸ ਕਰਾਂਗੇ ਕਿ ਛੇਤੀ ਛੇਤੀ ਲੋਡ ਕਰ ਦੇਣ। ਅਤੇ 12 ਦਾ ਆਲਰੇਡੀ ਵੱਜ ਗਏ ਆ, ਅਤੇ ਇੱਥੋਂ ਮੋਂਟਰੀਅਲ, ਜੇ ਮੋਂਟਰੀਅਲ ਸ਼ਹਿਰ 'ਚੋਂ ਪਿਕਅਪ ਹੋਈ ਤਾਂ 6 ਘੰਟੇ ਦਾ ਰਾਹ ਹੋਣਾ ਵਾਪਸੀ ਦਾ। ਸੋ ਉਮੀਦ ਕਰਦੇ ਹਾਂ ਕਿ ਅੱਜ ਟਾਈਮ ਨਾਲ ਘਰ ਪਹੁੰਚਦੇ ਬਣੀਏ, ਕਿਉਂਕਿ ਬਰਥਡੇ ਪਾਰਟੀ ਨਹੀਂ ਸੀ ਕੀਤੀ, ਇਰਾਦਾ ਸੀਗਾ ਕਿ ਅੱਜ ਫਰਾਈਡੇ ਕਰਦੇ ਹਾਂ, ਕਿਉਂਕਿ ਜਿਹੜਾ ਪਲੈਨ ਬਣਾਉਣਾ ਸੈਟਰਡੇ ਸੰਡੇ ਤਾਂ ਘਰ ਹੀ ਹੋਣਾ ਮੈਂ, ਹੈ ਨਾ। ਬਟ ਫਿਰ ਵੀ ਉਹ ਦੂਸਰੇ ਮੁੰਡਿਆਂ ਦਾ ਹਿਸਾਬ ਵੀ ਰੱਖਣਾ ਪੈਂਦਾ ਕਿ ਕੌਣ ਕਿਹੜਾ ਘਰੇ ਆ, ਕਿਹੜੇ ਦਿਨ ਘਰੇ ਆ, ਉਹ ਇਸ ਕਰਕੇ ਫਿਰ ਥੋੜ੍ਹਾ ਜਿਹਾ ਵੇਖਣਾ ਪੈਂਦਾ। ਸੋ ਵੇਖੋ ਕੀ ਕਰਦੇ ਹਾਂ, ਅੱਜ ਨਹੀਂ ਤਾਂ ਕੱਲ੍ਹ ਸਹੀ। ਫਿਰ ਬਾਕੀ ਜਿਹੜੇ ਨਹੀਂ ਅਵੇਲੇਬਲ ਹੋਣਗੇ ਉਹਨਾਂ ਨੂੰ ਕਹਿ ਦਾਂਗੇ ਕਿ ਬਾਈ ਜੀ ਆਪਾਂ ਅਗਲੀ ਵਾਰ ਜਦੋਂ ਵੀ ਅਵੇਲੇਬਲ ਹੋਵਾਂਗੇ, ਜਦੋਂ ਵੀ ਛੁੱਟੀ ਹੋਈ ਇਕੱਠੇ ਹੋਏ ਤਾਂ ਆਪਾਂ ਉਦੋਂ ਕਰ ਲਵਾਂਗੇ ਪਾਰਟੀ, ਕਿਹੜਾ ਭੱਜੀ ਚੱਲੀ ਆ ਕਿਤੇ, ਇੱਥੇ ਹੀ ਆਪਾਂ ਵੀ ਨਾਲੇ ਅਗਲੀ ਵਾਰ ਪੇ ਮਿਲ ਜੂਗੀ। ਵਿਊ ਤਾਂ ਇੱਧਰ ਵੀ ਘੈਂਟ ਆ, ਹਾਈਵੇ 401 ਦੇ ਉੱਤੇ ਵਿਊ ਤਾਂ ਘੈਂਟ ਆ, ਬਟ ਕਈ ਕਈ ਜਗ੍ਹਾ 'ਤੇ ਅਜਾੜ ਜੀ ਆ ਜਾਂਦੀ ਯਾਰ। ਜਿੱਦਾਂ ਆਪਾਂ ਵਿੰਡਸਰ ਨੂੰ ਜਾਈਦਾ ਨਾ, ਉਹ ਹੈਨੀ ਇੱਦਾਂ ਦਾ, ਇੱਧਰ ਪਹਾੜੀਆਂ ਜੀ ਆ ਜਾਂਦੀਆਂ ਵਾ ਨਾ ਸਾਈਡਾਂ 'ਤੇ ਥੋੜ੍ਹੇ ਕੁ ਟਾਈਮ ਲਈ। ਸੋ ਗੁੱਡ ਲੱਗਦੀਆਂ, ਵਧੀਆ ਲੱਗਦਾ ਏਰੀਆ। ਅਤੇ ਹੁਣ ਪਤਾ ਨਹੀਂ ਹੁਣ ਲੋਕੇਸ਼ਨ ਆਉਂਦੀ ਆ, ਆਪਾਂ ਨੂੰ ਐਡਰੈਸ ਆਉਂਦਾ ਵਾ, ਫਿਰ ਵੇਖਦੇ ਹਾਂ ਕੀ ਕਰਦੇ ਆ, ਕਿੱਥੋਂ ਪਿਕਅਪ ਕਰਾਉਂਦੇ ਆ, ਅਤੇ ਕਿੰਨਾ ਕੁ ਟਾਈਮ ਲਾਉਂਦੇ। ਜੇ ਡਰਾਈ ਦਾ ਲੋਡ ਹੋਇਆ ਫਿਰ ਸਭ ਤੋਂ ਬੈਸਟ ਵਾ, ਫਰੂਟ ਦਾ ਨਾ ਹੋਵੇ ਡਰਾਈ ਦਾ ਹੋਵੇ ਸਭ ਤੋਂ ਬੈਸਟ ਆ, ਛੇਤੀ ਲੋਡ ਕਰ ਦੇਣਗੇ, ਅਪਾਇੰਟਮੈਂਟਾਂ ਦਾ ਕੋਈ ਚੱਕਰ ਨਹੀਂ ਹੁੰਦਾ। ਹਾਂਜੀ ਵੀ ਟਿਕਾਣੇ 'ਤੇ ਪਹੁੰਚ ਗਏ ਹਾਂ, ਅਤੇ ਇੱਥੇ ਸਾਨੂੰ ਚੈੱਕ ਇਨ ਕਰਨਾ। ਜਗ੍ਹਾ ਤਾਂ ਗੁੱਡ ਆ, ਰਸ਼ ਰੁਸ਼ ਹੈ ਨਹੀਂ ਆ, ਦੋ ਇੱਕ ਟਰੱਕ ਲੱਗਾ ਵਾ ਜਿਹੜਾ ਲਾਈਵ ਲੋਡਿੰਗ ਕਰਾ ਰਿਹਾ ਮੇਰੇ ਖਿਆਲ ਨਾਲ, ਉਹ ਵੀ ਇਹਨਾਂ ਦਾ ਹੀ ਆਪਣਾ ਹੀ, ਉੱਦਾਂ ਹੀ ਲਾਇਆ ਇਹਨਾਂ ਟੋਪ ਦੇ ਉੱਤੇ, ਹੌਲੀ ਹੌਲੀ ਲੋਡ ਕਰਦੇ ਹੋਣੇ ਆ ਜਾਂ ਅਨਲੋਡ ਕਰਦੇ ਹੋਣੇ ਆ। ਅਤੇ ਬਾਕੀ ਕਿਸੇ ਹੋਰ ਕੰਪਨੀ ਦਾ ਕੋਈ ਟਰੱਕ ਨਹੀਂ ਲੱਗਾ ਇੱਥੇ, ਅਤੇ ਉਮੀਦ ਕਰਦਾ ਕਿ ਆਪਾਂ ਨੂੰ ਟਾਈਮ ਦੇ ਨਾਲ ਵਿਹਲੇ ਕਰ ਦੇਣਗੇ। ਲੋਡ ਸ਼ੁੱਡ ਵੀ ਰੈਡੀ, ਸ਼ੂ ਪਾ ਲਈਏ, ਸੇਫਟੀ ਵੈਸਟ ਪਾ ਲਈਏ, ਇਹ ਇੰਪੋਰਟੈਂਟ ਚੀਜ਼ਾਂ ਵਾ, ਸੇਫਟੀ ਵੈਸਟ ਤਾਂ ਪਾਉਣੀ ਪਾਉਣੀ ਆ, ਕਿਸੇ ਵੀ ਜੜ੍ਹ ਦੇ ਵਿੱਚ ਜਾਣਾ ਸੇਫਟੀ ਵੈਸਟ ਕੰਪਲਸਰੀ ਆ। ਧੁੱਪ ਲੱਗੀ, ਬੜੀ ਸੋਹਣੀ ਧੁੱਪ ਲੱਗੀ ਬਾਬੇ, ਮੌਸਮ ਬਹੁਤ ਸਿਰਾ ਹੋਇਆ। ਪਹਿਲਾਂ ਠੰਡ ਬੜੀ ਹੁੰਦੀ ਸੀਗੀ, ਅਤੇ ਹੁਣ ਮੌਸਮ ਇੱਦਾਂ ਦਾ ਹੋਇਆ ਕਿ ਠੰਡ ਵੀ ਨਹੀਂ ਹੈਗੀ ਅਤੇ ਨਾ ਗਰਮੀ ਆ। ਅਤੇ ਗੋਡਾ ਆ ਟੇਢੀਆਂ ਬੈਕਾਂ, ਇੱਧਰੋਂ ਲਿਆ ਕੇ ਟਰੱਕ ਹੈ ਨਾ, ਸਿੱਧਾ ਆਉਣ ਨੂੰ ਲੈ ਜਾਣਾ ਬੰਦਾ, ਸਿੱਧੀ ਬੈਕ ਲੱਗ ਜਾਣੀ ਇਹਦੇ। ਅਤੇ ਮੈਂ ਤਾਂ ਐਨ ਮੂੰਹ ਘੁੰਮਾ ਕੇ ਲਾ ਤਾ ਯੂਟਰਨ ਮਾਰ ਕੇ, ਕਿ ਜੇ ਆਪਾਂ ਇੱਥੇ ਬੈਕ ਲਾਉਣੀ ਪਈ ਤਾਂ ਇੱਥੇ ਵੀ ਲਾ ਸਕਦੇ ਹਾਂ, ਉੱਥੋਂ ਸਿੱਧੀ ਬੈਕ ਲਿਆ ਕੇ। ਸੋ ਦੇਖਦੇ ਹਾਂ ਕਿਹੜੀ ਡੋਗ ਦਿੰਦੇ ਆ, ਇਹਦੇ ਯੂਟਰਨ ਮਾਰ ਲਾਂਗੇ ਇੱਥੋਂ ਆਉਣ ਨੂੰ, ਅਤੇ ਉੱਥੇ ਲੱਗ ਜਾਣਾ ਬੈਕ। ਸਪੈਕਟਰਾ ਕੰਪਨੀ ਦਾ ਨਾਮ ਆ ਸਪੈਕਟਰਾ, ਅਤੇ ਇਹਨਾਂ ਦਾ ਸ਼ਿਪਿੰਗ ਰਿਸੀਵਿੰਗ ਆਫਿਸ ਆ ਵਾ ਇੱਧਰ, ਡੌਕ ਨੰਬਰ 4 ਦਿੱਤੀ ਹੋਈ ਉਹਨਾਂ ਨੇ। ਅਤੇ 4 ਮੇਰੇ ਖਿਆਲ ਨਾਲ ਉੱਧਰ ਹੀ ਯੂਟਰਨ ਮਾਰ ਕੇ ਲੱਗੂਗਾ ਟਰੱਕ ਉੱਧਰ ਨੂੰ, ਕਿੱਥੇ ਆ 3 ਵਾ, ਹਾਂ ਆ 4 ਆ, ਟੇਢੀ ਲੱਗਣੀ। ਓਕੇ ਓਕੇ, ਆਹ ਡੌਕ ਦੇ ਲੱਗਣਾ, ਅੜੀ ਓਪਨ ਹੋ ਰਿਹਾ ਨਾ ਡੋਰ ਜਿਹੜਾ, ਇੱਥੇ ਲਾਉਣਾ, ਇੱਧਰੋਂ ਮੈਂ ਘੁਮਾ ਲੈਣਾ ਟਰੱਕ, ਇਹਨੂੰ ਸਿੱਧਾ ਲੈ ਜਾਣਾ ਇੱਥੋਂ ਬੈਕ ਲਾ ਦੇਣਾ। ਮੈਂ ਤਾਂ ਚੱਕਰ ਕੀਤਾ, ਮੈਂ ਨਾ ਉੱਥੇ ਟਰੱਕ ਲੱਗਾ ਸੀਗਾ ਨਾ, ਉੱਥੋਂ ਯੂਟਰਨ ਮਰੀ ਇੱਦਾਂ ਲਿਆਂਦਾ, ਇੱਥੋਂ ਲਿਆ ਕੇ ਟਰੱਕ, ਅਤੇ ਇਹਨੂੰ ਘੁਮਾ ਕੇ ਸਿੱਧਾ ਲੈ ਗਿਆ ਇਹਨੂੰ।
ਠੀਕ ਆ ਸਿੱਧਾ ਲੈ ਗਿਆ ਸਿੱਧਾ ਸਿੱਧਾ ਬੈਕ ਕਰਤਾ ਟਰੱਕ ਮੈਂ ਤੇ ਬੜੀ ਵਧੀਆ ਬੈਕ ਲੱਗ ਗਈ ਸਿੱਧੀ ਬੈਕ ਲੱਗ ਗਈ ਆ ਗੁੱਡ ਓਕੇ ਉਹਨੇ ਆ ਕੇ ਕਹਿਤਾ ਉਸੇ ਟਾਈਮ ਕਹਿੰਦਾ ਗੁੱਡ ਉਹਨੇ ਅੰਗੂਠਾ ਚੱਕਦਾ ਸਿੱਧਾ ਸੋ ਵਧੀਆ ਸਿੱਧੀ ਲੱਗ ਗਈ ਬੈਕ ਹੁਣ ਮੈਂ ਲੱਗਾ ਰੋਟੀ ਪਾਣੀ ਖਾਣ ਰੋਟੀ ਖਾ ਕੇ ਅਤੇ ਉਹ ਤੁਹਾਨੂੰ ਇਹਨਾਂ ਨੂੰ ਲੋਡ ਕਰ ਦੇਣਾ ਇਹਨਾਂ ਪੁੱਛਿਆ ਸੀਗਾ ਕਹਿੰਦੇ ਲੋਡ ਰੈਡੀ ਆ ਅਤੇ ਅਸੀਂ ਕਰ ਦਿੰਦੇ ਹਾਂ ਛੇਤੀ ਲੋਡ ਲੋਡ ਤਾਂ ਇਹਨਾਂ ਨੇ ਟਾਈਮ ਨਾਲ ਹੀ ਕਰਤਾ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਅਤੇ ਹੁਣ ਯਾਰ ਉਹ ਨਹੀਂ ਬੁੱਕ ਰਹੇ ਜਾਣਗੇ ਪਹਿਲਾਂ ਲੋਡ ਦੇਖਾਂ ਸਕਿਓਰ ਕਰਿਆ ਕਿ ਨਹੀਂ ਕਰਿਆ ਇਹਨਾਂ ਨੇ ਲੋਡ ਖਿਲਰਨ ਵਾਲਾ ਤਾਂ ਹੈ ਨਹੀਂ ਇੱਥੇ ਲੋਡ ਬਾਰ ਲਾ ਦਾਂਗੇ ਪਾਸੇ 'ਤੇ ਇੱਕ ਡਿੱਗਣਾ ਨਹੀਂ ਲੋਡ ਇੱਧਰਲੇ ਪਾਸੇ ਇੰਨਾ ਮਸ਼ਹੂਰ ਆ ਕਿਉਂਕਿ ਉੱਥੇ ਜੇ ਸਟਰੈਪ ਵੀ ਲਾਈ ਉਹ ਉੱਤੇ ਉੱਤੇ ਰਹਿ ਜਾਣੀ ਉਹਨੇ ਕੁਝ ਨਹੀਂ ਕਰਨਾ ਵੈਸੇ ਵੀ ਭਾਰੀ ਪੈਲਟ ਹੁੰਦੀ ਆ ਅਤੇ ਉਹ ਫਸੀ ਆ ਹਾਂ ਉਹ ਥੋੜ੍ਹੀ ਜਿਹੀ ਅੱਗੇ ਗਈ ਆ ਪੈਲਟ ਉੱਥੇ ਇਹਦੇ ਮਤਲਬ ਕਿ ਆ ਜਿਹੜੀ ਪੈਲਟ ਜਿਹੜੀ ਆ ਉਹ ਪੈਲਟ ਦੇ ਥੋੜ੍ਹੇ ਅੱਗੇ ਗਈ ਆ ਇੱਧਰਲੇ ਪਾਸੇ ਨਹੀਂ ਜਾ ਸਕਦੀ ਪੈਲਟ ਇਹ ਨਹੀਂ ਕਿਤੇ ਜਾਂਦਾ ਲੋਡ ਕਨੋਲਾ ਆਇਲ ਆ ਇਹਦੇ ਵਿੱਚ ਵੈਜੀਟੇਬਲ ਆਇਲ ਆ ਸੋ ਇਹ ਨਹੀਂ ਕਿਤੇ ਡਿੱਗਦਾ ਭਾਰਾ ਹੀ ਆ ਕਾਫੀ ਇਹ ਹੁਣ ਡੋਰ ਬੰਦ ਕਰੀਏ ਸੀਲ ਲਾਈਏ ਇਹਨੂੰ ਲੋਡ ਨੂੰ ਅਤੇ ਇੱਥੋਂ ਨਿਕਲੀਏ ਤਾਂ ਉਹ ਵੀ ਦੋਸਤੋ ਆਪਾਂ ਖਿੱਚੀ ਜਾਂਦੇ ਹਾਂ ਟਰੱਕ ਆਪਣਾ ਅਤੇ ਲੋਡ ਟਾਈਮ ਨਾਲ ਹੀ ਡਨ ਕਰ ਦਿੱਤਾ ਸੀਗਾ ਮਤਲਬ ਕਿ ਦੋਵਾਂ ਪਾਸਿਓਂ ਵਧੀਆ ਰਹਿ ਗਿਆ ਜਿੱਥੇ ਮੈਂ ਡਿਲੀਵਰ ਕੀਤਾ ਉੱਥੇ ਵੀ ਟਾਈਮ ਨਾਲ ਲੋਡ ਲਾ ਲਿਆ ਸੀਗਾ ਅਤੇ ਜਿੱਥੇ ਹੁਣ ਪਿਕਅਪ ਕੀਤੀ ਆ ਉੱਥੇ ਵੀ ਅੱਧੇ ਪੌਣੇ ਘੰਟੇ 'ਚ ਪਿਕਅਪ ਕਰਕੇ ਬਰਾ ਮਾਰੀ ਅਤੇ ਹੁਣ ਮੈਂ ਜਦ ਜਾੜ 'ਚ ਜਾ ਰਿਹਾ ਵਾਂ ਜਾੜ 'ਚ ਜਾ ਕੇ ਅਤੇ ਉੱਥੇ ਕ੍ਰੋਸ ਡੋਕ ਆ ਇਹਨਾਂ ਦੇ ਜਾੜ ਦੇ ਵਿੱਚ ਹੀ ਅਤੇ ਉੱਥੇ ਲੋਡ ਲਾ ਲੈਣਾ ਉਹਨਾਂ ਨੇ ਅਤੇ ਇਹਨੂੰ ਖਾਲੀ ਕਰ ਦੇਣਾ ਟ੍ਰੇਲਰ ਨੂੰ ਅਤੇ ਇਸ ਤੋਂ ਬਾਅਦ ਮੈਨੂੰ ਅਗਲੇ ਹਫ਼ਤੇ ਦਾ ਸਕੈਜੂਅਲ ਵੀ ਆ ਗਿਆ ਮੇਰੇ ਕੋਲ ਅਗਲੇ ਹਫ਼ਤੇ ਮੈਂ ਪਹਿਲਾਂ ਮੰਡੇ ਨੂੰ ਸ਼ੁਰੂ ਕਰੂੰਗਾ 9 ਵਜੇ ਨਾਲ ਯਾਰਡ 'ਚੋਂ 9 ਵਜੇ ਮੈਂ ਪਿਕਅਪ ਕਰੂੰਗਾ ਇੱਕ ਪਿਕਅਪ ਕਰਕੇ ਨਰਸਰੀ ਆ ਕੋਈ ਫੁੱਲਾਂ ਦਾ ਲੋਡ ਆ ਅਤੇ ਆਪਣੇ ਕੈਨੇਡਾ ਦੇ ਵਿੱਚ ਹੋਮ ਡਿਪੂ ਨਾਂ ਦੇ ਸਾਡੇ ਕੈਨੇਡਾ ਅਮੈਰੀਕਾ ਦੇ ਵਿੱਚ ਮੇਰੇ ਖਿਆਲ ਨਾਲ ਕਿ ਹੋਮ ਡਿਪੂ ਨਾਮ ਦੇ ਵੇਅਰ ਹਾਊਸ ਮਤਲਬ ਕਿ ਸਟੋਰ ਆ ਵੱਡੇ ਜਿੱਥੇ ਮਤਲਬ ਕਿ ਘਰ ਦਾ ਸਾਰਾ ਸਮਾਨ ਮਿਲ ਜਾਂਦਾ ਵਾ ਲਾਈਕ ਕਿਚਨ ਦਾ ਸਮਾਨ ਵਾਸ਼ਰੂਮ ਦਾ ਸਮਾਨ ਹੈ ਨਾ ਸਾਰਾ ਏ ਟੂ ਜੈੱਡ ਫਰਨੀਚਰ ਵਗੈਰਾ ਸਾਰਾ ਕੁਝ ਉੱਥੇ ਮਿਲਦਾ ਹੋਮ ਡਿਪੂ ਦੇ ਵਿੱਚ ਸਾਰੀਆਂ ਚੀਜ਼ਾਂ ਏ ਟੂ ਜੈੱਡ ਜਿਹੜੀਆਂ ਵੀ ਹੁੰਦੀਆਂ ਵਾ ਘਰਾਂ 'ਚ ਵਰਤਣ ਵਾਲੀਆਂ ਜਾਂ ਉੱਦਾਂ ਵੀ ਪਾਰਕਾਂ ਦੇ ਵਿੱਚ ਜਾਂ ਹੈ ਨਾ ਘਾਹ ਵਗੈਰਾ ਮਿੱਟੀ ਵਗੈਰਾ ਜਿਹੜੀ ਹੁੰਦੀ ਆ ਓੜੀ ਗਮਲਿਆਂ ਵਾਲੀ ਸਾਰਾ ਕੁਝ ਉੱਥੇ ਮਿਲ ਜਾਂਦਾ ਅਤੇ ਉਹਨਾਂ ਦੀਆਂ ਡਿਲੀਵਰੀਆਂ ਕਰਦੀਆਂ ਮੈਂ ਨੋਵਾ ਸਕੋਸ਼ੀਆ ਬੁੱਧਵਾਰ ਨੂੰ ਮੰਡੇ ਮੈਂ ਪਿਕਅਪ ਕਰਕੇ ਤੁਰ ਪੈਣਾ ਅਤੇ ਟਿਊਜ਼ਡੇ ਮੈਂ ਰਾਤ ਤੱਕ ਪਹੁੰਚ ਜਾਣਾ ਟਿਊਜ਼ਡੇ ਸੌਂ ਗਏ ਰਾਤ ਨੂੰ ਸਵੇਰੇ ਵੈਡਨਸਡੇ ਉੱਠ ਕੇ ਅਤੇ 4 ਡਿਲੀਵਰੀਆਂ ਕਰਦੀਆਂ 4 ਅਤੇ ਇਹਦੇ ਐਕਸਟਰਾ ਪੇ ਹੁੰਦੇ ਆ ਹਰ ਐਕਸਟਰਾ ਡਿਲੀਵਰੀ ਦੇ 25 to 35 ਕਈ $50 ਵੀ ਦਿੰਦੇ ਆ ਇੱਕ ਡਿਲੀਵਰੀ ਦੇ ਐਕਸਟਰਾ ਦੇ ਸੋ 4 ਕਰਨੀਆਂ ਮੈਂ ਸੇਮ ਡੇ ਹੋ ਜਾਣੀਆਂ ਸ਼ਾਮਾਂ ਤੱਕ ਮੇਰੀਆਂ ਵੈਡਨਸਡੇ ਅਤੇ ਫਿਰ ਮੈਂ ਥਰਸਡੇ ਪਿਕਅਪ ਕਰੂੰਗਾ ਜੇ ਹੋ ਸਕਿਆ ਵੈਡਨਸਡੇ ਨਹੀਂ ਹੋਣੀ ਵੈਡਨਸਡੇ ਨਹੀਂ ਪਿਕਅਪ ਹੋਣੀ ਕਿਉਂਕਿ ਵੈਡਨਸਡੇ ਸ਼ਾਮਾਂ ਪੈ ਜਾਣੀਆਂ ਮੈਨੂੰ ਡਿਲੀਵਰ ਕਰਦਿਆਂ ਸਿਡਨੀ ਐਂਡਲੀ ਡਿਲੀਵਰੀ ਕਰਨੀ ਸਿਡਨੀ ਨੋਵਾ ਸਕੋਸ਼ੀਆ ਜਿਹੜਾ ਕਿ ਪੂਰਾ ਐਂਡ 'ਤੇ ਜਾ ਕੇ ਪੈਂਦਾ ਵਾ ਨੋਵਾ ਸਕੋਸ਼ੀਆ ਦੇ ਜਿੱਥੇ ਬਾਅਦ ਵਿੱਚ ਉਹ ਪੋਰਟ ਸ਼ੁਰੂ ਹੋ ਜਾਂਦਾ ਵਾ ਅਤੇ ਜਿਨ੍ਹਾਂ ਨੇ ਨਿਊ ਫਾਊਂਡਲੈਂਡ ਜਾਣਾ ਹੁੰਦਾ ਇੱਕ ਇਹਨਾਂ ਦੀ ਪ੍ਰੋਵਿੰਸ ਵਾ ਅਲੱਗ ਸਟੇਟ ਵਾ ਕੈਨੇਡਾ ਦੀ ਨਿਊ ਫਾਊਂਡਲੈਂਡ ਅਤੇ ਉੱਥੋਂ ਸ਼ਿਪ ਜਾਂਦਾ ਫੈਰੀਸ ਜਾਂਦੀਆਂ ਉਹਦੇ ਉੱਤੇ ਟਰੱਕ ਲੋਡ ਹੁੰਦੇ ਆ ਅਤੇ ਟਰੱਕ ਲੋਡ ਕਰਕੇ ਪਾਰਕ ਕਰਕੇ ਅਤੇ ਫਿਰ ਡਰਾਈਵਰਾਂ ਨੂੰ ਕਮਰੇ ਦਿੱਤੇ ਜਾਂਦੇ ਆ ਉਹਦੇ ਵਿੱਚ ਫੈਰੀਸ ਦੇ ਵਿੱਚ ਅਤੇ ਫਿਰ ਉਹ ਲੈ ਕੇ ਜਾਂਦੀਆਂ ਉੱਧਰਲੇ ਪਾਸੇ ਸੋ ਉੱਥੋਂ ਤੱਕ ਐਂਡ ਤੱਕ ਜਾਣਾ ਸਿਡਨੀ ਤੱਕ ਅਤੇ ਅਗਲਾ ਵਲੋਗ ਇੰਟਰਸਟਿੰਗ ਹੋਣ ਵਾਲਾ ਕਾਫੀ ਅਤੇ ਬਾਕੀ ਹੁਣ ਜਾੜ 'ਚ ਜਾਣਾ ਬੈਗ ਲਾ ਕੇ ਟਰੱਕ ਅਤੇ ਤੁਹਾਨੂੰ ਦਿਖਾਊਂਗਾ ਕਿ ਡੋਕ ਕਿੱਥੇ ਉਹਨਾਂ ਦੀ ਉੱਥੇ ਜਾੜ ਦੇ ਵਿੱਚ ਡੋਕ ਜਿਹੜੀ ਆ ਅਤੇ ਮਕੈਨਿਕ ਸ਼ੋਪ ਵੀ ਉੱਥੇ ਲੱਗ ਗਏ ਆ ਪਾਰਕਿੰਗ ਟਰੱਕ ਦੀ ਪਾਰਕਿੰਗ ਵੀ ਉੱਥੇ ਆਪਣੀ ਅਤੇ ਡਿਲੀਵਰ ਕਰਕੇ ਜਦੋਂ ਉਹਨਾਂ ਨੇ ਕਰ ਦੇਣਾ 1 ਘੰਟੇ ਦੇ ਵਿੱਚ ਕਿਉਂਕਿ ਜ਼ਿਆਦਾ ਟਾਈਮ ਬਲੋਕ ਨਹੀਂ ਕਰ ਸਕਦੇ ਰੋਡ ਜਗ੍ਹਾ ਜਿਹੜੀ ਆ ਆਪਣੀ ਮਕੈਨਿਕ ਸ਼ੋਪ ਤੋਂ ਨਿਕਲਦੀ ਆ ਅਤੇ ਬਾਕੀ ਤੁਹਾਨੂੰ ਜਾੜ 'ਚ ਜਾ ਕੇ ਦਿਖਾਉਂਦਾ ਮੈਂ ਕੀ ਮਾਹੌਲ ਚਾਲ ਆ ਉੱਥੇ ਹੋਰ ਤਾਂ ਕੋਈ ਟਰੱਕ ਲੱਗਾ ਹੋਵੇ ਨਹੀਂ ਤਾਂ ਕਿਉਂਕਿ ਮੈਂ 8 ਵਜੇ ਪੂਰੇ ਜਾੜ ਪਹੁੰਚਣਾ ਰਾਤ ਦੇ ਅਤੇ ਜਿਹਦੇ ਮੈਂ ਉਹਦੇ ਟਾਈਮ ਨਾਲ ਵਿਹਲਾ ਹੋ ਗਿਆ ਫਿਰ ਮੈਂ ਘਰੇ ਪਹੁੰਚੂੰਗਾ 10 ਵਜੇ ਤੋਂ ਪਹਿਲਾਂ ਅਤੇ ਠੀਕ ਹੋਊਗਾ ਫਿਰ ਮਾੜਾ ਮੋਟਾ ਖਾਣ ਪੀਣ ਦਾ ਜੁਗਾੜ ਕਰ ਲਾਂਗੇ ਮੁੰਡਾ ਕਹਿੰਦਾ ਬਾਹਰ ਜਾ ਕੇ ਖਾਣਾ ਪੀਣਾ ਫਿਰ ਬਾਹਰ ਜਾ ਕੇ ਖਾ ਪੀ ਆਵਾਂਗੇ ਚਲੋ ਬਾਕੀ ਜਾੜ ਜਾ ਕੇ ਤੁਹਾਨੂੰ ਰਿਪੋਰਟਾਂ ਦਿੰਦਾ ਲਓ ਵੀ ਦੋਸਤੋ ਇੱਕ ਖੁਸ਼ਖਬਰੀ ਮਿਲ ਗਈ ਆਪਾਂ ਨੂੰ ਆਉਂਦੇ ਹੀ ਕਿ ਆਪਾਂ ਡਿਲੀਵਰ ਨਹੀਂ ਕਰਨਾ ਇਸੇ ਯਾਰਡ ਦੇ ਵਿੱਚ ਇੱਦਾਂ ਹੀ ਆਪਾਂ ਟਰੱਕ ਲੱਗਾ ਟ੍ਰੇਲਰ ਟਰੱਕ ਇੱਦਾਂ ਹੀ ਆਪਾਂ ਡਰੋਪ ਕਰ ਜਾਣਾ ਇੱਥੇ ਬਸ ਆਪਣਾ ਸਮਾਨ ਕੱਢਣਾ ਉਹਦੇ ਵਿੱਚੋਂ ਟਰੱਕ ਦੇ ਵਿੱਚੋਂ ਜਿਹੜਾ ਵੀ ਹੈਗਾ ਵਾ ਆਪਣਾ ਹੈ ਨਾ ਰੋਟੀ ਹੋ ਗਈ ਥੋੜ੍ਹੀ ਜਿਹੀ ਬਚੀ ਸੀਗੀ ਅਤੇ ਆਪਣਾ ਬੈਗ ਵਗੈਰਾ ਕੱਢ ਕੇ ਆਪਾਂ ਅਤੇ ਗੱਡੀ 'ਚ ਰੱਖ ਕੇ ਤੋਂ ਨਿਕਲ ਜਾਣਾ ਬਸ ਇੰਨੀ ਗੀ ਆਪਣੀ ਚੀਜ਼ ਆ ਔਰ ਇਸ ਤੋਂ ਵੱਧ ਕੁਝ ਨਹੀਂ ਅਤੇ ਆਈ ਥਿੰਕ ਗੱਡੀ ਨਿਕਲੀ ਜਾਣੀ ਆਪਣੀ ਲਾਈ ਮੈਂ ਸਾਈਡ 'ਤੇ ਸੀਗੀ ਵੈਸੇ ਆਪਣੇ ਹਿਸਾਬ ਨਾਲ ਬਟ ਚਲੋ ਕੱਢਦਾ ਗੱਡੀ ਅਤੇ ਬਾਕੀ ਸਮਾਨ ਰੱਖਾਂ ਮੈਂ ਛੇਤੀ ਛੇਤੀ
ਤੇ ਫਿਰ ਘਰੇ ਜਾਣ ਦੀ ਤਿਆਰੀ ਕਰੀਏ, ਭੁੱਖ ਬਹੁਤ ਲੱਗੀ ਆ, ਘਰੇ ਜਾ ਕੇ ਰੋਟੀ ਖਾਈਏ ਤੇ ਫਿਰ ਸੋਈਏ। ਫਿਰ ਸਵੇਰੇ ਛੁੱਟੀ ਆ, ਸ਼ਨੀਵਾਰ ਦੀ ਤੇ ਐਤਵਾਰ ਦੀ ਆਪਣੀ ਛੁੱਟੀ ਆ, ਮੰਡੇ ਆਪਾਂ 9 ਵਜੇ ਸ਼ੁਰੂ ਕਰਨਾ ਤੇ ਉਹ ਜਾਣਾ ਨੋਵਾ ਸਕੋਸ਼ੀਆ। ਟ੍ਰੇਲਰ ਤੇ ਆਪਾਂ ਕਰਤਾ ਡਰੋਪ ਤੇ ਟਰੱਕ ਵੀ ਕਰਤਾ ਤੇ ਪੇਪਰ ਵਰਕ ਆਪਣੇ ਜਿਹੜੇ ਇਹਦੇ ਲੋਡ ਦੇ ਸੀਗੇ ਟ੍ਰੇਲਰ ਦੇ ਪਿਛਲੀ ਸਾਈਡ ਤੇ ਰੱਖ ਦਿੱਤੇ ਆ ਤੇ ਆਪਣੇ ਜਿਹੜੇ ਸੀਗੇ ਡਿਲੀਵਰੀ ਵਾਲੇ ਤੇ ਉਹ ਆਪਾਂ ਆਪਣੇ ਕੋਲ ਰੱਖ ਲਏ ਆ, ਉਹ ਘਰੇ ਲੈ ਕੇ ਜਾਵਾਂਗੇ। ਟਰੱਕ ਨੂੰ ਕਰ ਦਈਏ ਬੰਦ, ਇਹਦਾ ਮੇਨ ਕਿੱਲ ਸਵਿੱਚ ਜਿਹੜਾ ਕੱਟ ਦਈਦਾ, ਕਿਉਂਕਿ 2-3 ਦਿਨ ਲੱਗਾ ਰਹਿਣਾ ਹੁਣ ਜੜ ਦੇ ਵਿੱਚ ਤੇ ਕਿੱਲ ਸਵਿੱਚ ਇਹਦਾ ਕੱਟਤਾ, ਹੁਣ ਇਹਨੂੰ ਆਪਾਂ ਲਾ ਦੇਣਾ ਲੋਕ ਤੇ ਲੱਗ ਜਾ। ਤੇ ਦੋਸਤੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ, ਤੇ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸੋ ਕਿੱਦਾਂ ਲੱਗੀ ਵੀਡੀਓ ਤੇ ਬਾਕੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ। ਬਾਏ ਬਾਏ ਟਾਟਾ।